ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਿੰਦਰ ਸਿੰਘ ਅਤੇ ਤੁਸੀਂ ਜੁੜੇ ਪੇਂਡੂ ਟੀ ਵੀ ਨਾਲ, ਅਤੇ ਮੈਂ ਖਾਸ ਰਿਪੋਰਟ ਲੈ ਕੇ ਜੁੜਿਆ ਤੁਹਾਡੇ ਨਾਲ। ਲੋਕ ਸਭਾ ਦੀਆਂ ਵੋਟਾਂ ਆ ਗਈਆਂ ਨੇ, ਜਿਹਦੇ ਵਿੱਚ 13 ਸੀਟਾਂ 'ਤੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਹੈ, ਲੜਾਈ ਹੋਣੀ ਹੈ। ਕਈ ਸੀਟਾਂ ਬਹੁਤ ਹੀ ਹੌਟ ਨੇ, ਕਈ ਸੀਟਾਂ ਬਹੁਤ ਕੂਲ ਨੇ, ਕਈ ਸੀਟਾਂ 'ਤੇ ਬਹੁਤ ਹੀ ਮਾਹੌਲ ਭਖਿਆ ਹੋਇਆ, ਪੂਰਾ ਫਸਲਾਂ ਮੁਕਾਬਲਾ। ਤੁਹਾਨੂੰ ਦੱਸ ਦਈਏ, ਪੰਜਾਬ ਦੇ ਵਿੱਚ 5 ਪਾਰਟੀਆਂ ਚੋਣ ਲੜ ਰਹੀਆਂ ਨੇ, ਜਿਹਦੇ ਵਿੱਚ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ ਅਤੇ ਇੰਡੀਆ ਅਲਾਇੰਸ। ਕਾਂਗਰਸ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਗਠਬੰਧਨ ਹੋਇਆ ਆਮ ਆਦਮੀ ਪਾਰਟੀ ਦਾ, ਅਤੇ ਆਪਣੇ ਮੈਂਬਰ ਉਹਨਾਂ ਨੇ ਆਪਣੇ ਉਮੀਦਵਾਰ ਖੜਾਏ ਨੇ, 6 ਉਮੀਦਵਾਰ ਅਨਾਊਂਸ ਕੀਤੇ ਨੇ। ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋ ਸੰਗਰੂਰ ਦੀ ਸੀਟ ਹੈ, ਜਿੱਥੋਂ ਜਿਮਣੀ ਚੋਣ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੇ ਗੁਰਮੇਲ ਸਿੰਘ ਨੂੰ ਬਹੁਤ ਹੀ ਵੱਡੀ ਲੀਡ ਨਾਲ ਹਰਾਇਆ ਸੀਗਾ, ਅਤੇ ਹੁਣ ਦੁਬਾਰੇ ਉਸ ਸੀਟ 'ਤੇ ਦੁਬਾਰੇ ਫਿਰ ਖੜ੍ਹੇ ਨੇ ਮਾਨ, ਸਿਮਰਜੀਤ ਸਿੰਘ ਮਾਨ ਖੜ੍ਹੇ ਨੇ। ਉਹਦੇ ਵਿਰੁੱਧ ਨੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤਹਿਰ। ਦੇਖਣ ਵਾਲੀ ਗੱਲ ਹੋਵੇਗੀ ਵੀ ਜਿਹੜੇ ਸਿਮਰਜੀਤ ਸਿੰਘ ਮਾਨ ਨੇ, ਉਹ ਗੁਰਮੀਤ ਸਿੰਘ ਮੀਤਹਿਰ ਨੂੰ ਵੱਡੀ ਲੀਡ ਨਾਲ ਹਰਾ ਪਾਉਣਗੇ, ਜਿਵੇਂ ਲੋਕਾਂ ਨੇ ਪਹਿਲਾਂ ਸਾਥ ਦਿੱਤਾ ਸੀ ਸਿਮਰਜੀਤ ਸਿੰਘ ਮਾਨ ਦਾ, ਅਤੇ ਇਸ ਵਾਰ ਸਾਥ ਦੇਣਗੇ ਸੰਗਰੂਰ ਦੇ ਲੋਕ। ਜਿਹੜੀ ਇਹਨਾਂ ਦੀ ਲੀਡਰ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ, ਅਨਮੋਲ ਗਗਨ ਮਾਨ, ਵੀ ਜਿਹੜੀ ਸਾਡੀ ਸੰਗਰੂਰ ਹੈ, ਇਹ ਸਾਡੀ ਰਾਜਧਾਨੀ ਹੈ, ਇੱਥੋਂ ਸਾਨੂੰ ਕੋਈ ਨਹੀਂ ਹਰਾ ਸਕਦਾ, ਅਤੇ ਉੱਥੇ ਸਿਮਰਜੀਤ ਸਿੰਘ ਮਾਨ ਨੇ ਝੰਡਾ ਗੱਡਿਆ ਸੀ। ਅਤੇ ਹੁਣ ਦੁਬਾਰਾ ਫਿਰ ਉਹ ਸੀਟ 'ਤੇ ਕਿਹਾ ਜਾ ਰਿਹਾ ਵੀ ਬਹੁਤ ਫਸਮੀ ਟੱਕਰ ਹੋਣੀ ਹੈ। ਗੁਰਮੀਤ ਸਿੰਘ ਮੀਤਹਿਰ ਅਤੇ ਖੇਡ ਮੰਤਰੀ ਵੀ ਨੇ, ਉਹਨਾਂ ਵਿਰੁੱਧ ਇਲੈਕਸ਼ਨ ਲੜਨਗੇ। ਦੋ ਜਿਹੜੇ ਕੈਂਡੀਡੇਟ ਨੇ ਬਹੁਤ ਤਕੜੇ ਮੰਨੇ ਜਾ ਰਹੇ ਨੇ, ਅਤੇ ਆਮ ਆਦਮੀ ਪਾਰਟੀ ਨੇ 6 ਲਿਸਟਾਂ ਜਾਰੀ ਕੀਤੀਆਂ ਨੇ, ਉੱਥੇ ਬੀਜੇਪੀ ਨੇ 6 ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ, ਅਤੇ ਜਿਹਦੇ ਵਿੱਚ ਪਟਿਆਲਾ, ਬਠਿੰਡਾ, ਫਰੀਦਕੋਟ, ਖਡੂਰ ਸਾਹਿਬ, ਗੁਰਦਾਸਪੁਰ, ਇਹ ਸੀਟਾਂ ਜਿਹੜੀਆਂ ਹੌਟ ਮੰਨੀਆਂ ਗਈਆਂ ਨੇ। ਫਰੀਦਕੋਟ ਦੀ ਗੱਲ ਕਰ ਲਈਏ, ਜਿਹਦੇ ਵਿੱਚ ਬੀਜੇਪੀ ਵੱਲੋਂ ਅਨਾਊਂਸ ਕੀਤਾ ਗਿਆ, ਟਿਕਟ ਦਿੱਤੀ ਗਈ ਹੈ ਹੰਸਰਾਜ ਹੰਸ ਜੀ ਨੂੰ, ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਕਮੇਡੀ ਕਲਾਕਾਰ ਕਰਮਜੀਤ ਅਨਮੋਲ ਨੂੰ ਉਤਾਰਿਆ ਗਿਆ, ਅਤੇ ਉਹ ਟੱਕਰ ਮੰਨੀ ਗਈ ਹੈ, ਬਹੁਤ ਵੱਡੀ ਟੱਕਰ ਮੰਨੀ ਜਾ ਰਹੀ ਹੈ ਦੋਨਾਂ ਦੇ ਵਿਚਕਾਰ, ਕਿਉਂਕਿ ਦੋਵੇਂ ਕਲਾਕਾਰ ਨੇ। ਤੁਹਾਨੂੰ ਦੱਸ ਦਈਏ, ਜਿਹੜੇ ਕਰਮਜੀਤ ਅਨਮੋਲ ਨੇ, ਇਹ ਭਗਵੰਤ ਮਾਨ ਜੀ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਨੇ, ਕਲਾਕਾਰ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ, ਅਤੇ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪੂਰਾ ਸਾਥ ਦਿੱਤਾ ਸੀਗਾ ਇਲੈਕਸ਼ਨ ਟਾਈਮ 'ਤੇ, ਉਹਨਾਂ ਨੂੰ ਭਗਵੰਤ ਮਾਨ ਜੀ ਨੇ ਟਿਕਟ ਦਿੱਤੀ ਹੈ ਫਰੀਦਕੋਟ ਤੋਂ, ਮੈਂਬਰ ਆਫ ਪਾਰਲੀਮੈਂਟ ਦੀ। ਅਤੇ ਦੂਜੇ ਪਾਸੇ ਤੁਹਾਨੂੰ ਦੱਸੀਏ, ਜਿਹੜੀ ਗੁਰਦਾਸਪੁਰ ਦੀ ਸੀਟ ਵੱਲੋਂ, ਸੀਟ 'ਤੇ ਵੀ ਲੋਕਾਂ ਦੀਆਂ ਬਹੁਤ ਨਜ਼ਰਾਂ ਨੇ, ਕਿਉਂਕਿ ਉੱਥੋਂ ਪਹਿਲਾਂ ਸਨੀ ਦਿਓਲ ਨੂੰ ਉਤਾਰਿਆ ਗਿਆ ਸੀ, ਜਿੱਤੇ ਵੀ ਸੀਗੇ, ਅਤੇ ਉਹ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਪਾਰਲੀਮੈਂਟ ਦੇ ਵਿੱਚ, ਮੈਂਬਰ ਆਫ ਪਾਰਲੀਮੈਂਟ ਬਣੇ ਸੀ, ਲੋਕਾਂ ਵੱਲੋਂ ਭਰੋਸਾ ਜਿਤਾਇਆ ਗਿਆ ਸੀ, ਅਤੇ ਉਹਨਾਂ ਦੀ ਹਾਜ਼ਰੀ 0 ਮੰਨੀ ਗਈ ਹੈ, ਅਤੇ ਉਹਨਾਂ ਨੇ ਕੋਈ ਮੁੱਦਾ ਨਹੀਂ ਚੱਕਿਆ ਪਾਰਲੀਮੈਂਟ ਦੇ ਵਿੱਚ। ਲੋਕਾਂ ਵੱਲੋਂ ਉਹਨਾਂ ਨੂੰ ਤਾਨੇ ਮਿਹਣੇ ਮਾਰੇ ਜਾ ਰਹੇ ਸੀ ਗੁਰਦਾਸਪੁਰ ਦੇ ਲੋਕਾਂ ਵੱਲੋਂ, ਅਤੇ ਉਸੀ ਸੀਟ 'ਤੇ ਹੁਣ ਦਿਨੇਸ਼ ਬੱਬੂ ਨੂੰ ਉਤਾਰਿਆ ਗਿਆ, ਅਤੇ ਇਹ ਬੀਜੇਪੀ ਵੱਲੋਂ ਉਤਾਰਿਆ ਗਿਆ ਦਿਨੇਸ਼ ਸਿੰਘ ਬੱਬੂ ਨੂੰ। ਅਤੇ ਗੱਲਬਾਤ ਕਰ ਦਈਏ ਅਤੇ ਅਗਲੀਆਂ ਜਿਹੜੀਆਂ ਸੀਟਾਂ ਨੇ, ਅਗਲੇ ਜਿਹੜੇ ਹੋਰ ਸੀਟਾਂ ਨੇ, ਤੁਹਾਨੂੰ ਦੱਸ ਦਈਏ, ਜਿਹੜੀ ਪਟਿਆਲਾ ਦੀ ਸੀਟ ਬੜੀ ਹੋਰ ਸੀਟ ਮੰਨੀ ਜਾ ਰਹੀ ਹੈ, ਉੱਥੋਂ ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਤਨੀ ਪ੍ਰਨੀਤ ਕੌਰ ਨੂੰ ਉਤਾਰਿਆ ਹੈ, ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਡਾਕਟਰ ਬਲਵੀਰ ਸਿੰਘ ਨੂੰ ਉਤਾਰਿਆ, ਅਤੇ ਜਿਹੜੀ ਸੀਟ ਹੈ ਬੜੀ ਹੌਟ ਮੰਨੀ ਜਾ ਰਹੀ ਹੈ, ਪੂਰੀ ਦੋਨਾਂ ਵੀ ਟੱਕਰ ਮੰਨੀ ਜਾ ਰਹੀ ਹੈ, ਅਤੇ ਉਹਨਾਂ ਦਾ ਬਿਆਨ ਆਉਂਦਾ ਡਾਕਟਰ ਬਲਵੀਰ ਸਿੰਘ ਜੀ ਦਾ
ਉਹ ਕਹਿੰਦੇ ਨੇ ਵੀ ਇੱਥੋਂ ਨਾ ਖੜੇ ਮਹਾਰਾਣੀ ਪਰਨੀਤ ਕੌਰ, ਵੀ ਇੱਥੋਂ ਉਹਦੀ ਜ਼ਮਾਨਤ ਜ਼ਬਤ ਹੋਵੇਗੀ। ਅਤੇ ਦੂਜੇ ਪਾਸੇ ਦੱਸ ਦਈਏ ਤੁਹਾਨੂੰ, ਲੁਧਿਆਣਾ ਦੀ ਸੀਟ ਹੈ ਜਿਹੜੀ ਉਹ ਬੜੀ ਹੌਟ ਸੀਟ ਮੰਨੀ ਜਾ ਰਹੀ ਹੈ, ਅਤੇ ਉੱਥੇ ਬੜਾ ਉਲਟ ਫੇਰ ਹੋਇਆ। ਕਮੰਨੇ ਪਰਮੰਨੇ ਲੀਡਰ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਕਾਂਗਰਸ ਤੋਂ ਬੀਜੇਪੀ ਵੱਲ ਆਏ ਨੇ। ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ, ਜੋ ਕਹਿੰਦੇ ਸੀ ਵੀ ਮੈਂ ਕਾਂਗਰਸ ਵਿੱਚ ਹੀ ਰਹਾਂਗਾ, ਵੀ ਕਦੇ ਵੀ ਹੋਰ ਪਾਰਟੀ ਵਿੱਚ ਜਾਵਾਂਗਾ ਨਹੀਂ, ਅਤੇ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਅਤੇ ਬੀਜੇਪੀ 'ਚ ਆਏ ਨੇ। ਉਹਨਾਂ ਦਾ ਲੋਕਾਂ ਵੱਲੋਂ ਬੜਾ ਸਵਾਗਤ ਕੀਤਾ ਜਾ ਰਿਹਾ ਬੀਜੇਪੀ ਨੇ, ਅਤੇ ਹੁਣ ਉਹ ਸੀਟ ਬੜੀ ਹੌਟ ਸੀਟ ਮੰਨੀ ਜਾ ਰਹੀ ਲੁਧਿਆਣਾ ਦੀ, ਵੀ ਉੱਥੋਂ ਕਾਂਗਰਸ ਵੱਲੋਂ ਕਿਹੜਾ ਚਿਹਰਾ ਉਤਾਰਦੇ ਨੇ। ਅਨਾਇਸ ਜਿਹੜੀ ਅਲਾਇੰਸ ਕੀਤਾ ਹੈ ਇੰਡੀਆ ਗਠਬੰਧਨ ਨੇ ਪਾਰਟੀਆਂ ਨਾਲ, ਕਿਹੜਾ ਚਿਹਰਾ ਉਤਾਰਦੇ ਨੇ, ਕਾਂਗਰਸ ਵੱਲੋਂ ਉਤਾਰਨਗੇ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਉਤਾਰਨਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਅਤੇ ਖੰਡੂਰ ਸਾਹਿਬ ਦੀ ਸੀਟ ਹੈ ਜਿੱਥੋਂ ਲਾਲਜੀਤ ਸਿੰਘ ਭੁੱਲਰ ਨੂੰ ਉਤਾਰਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ। ਅਤੇ ਤੁਹਾਨੂੰ ਦੱਸਦੀ ਹੈ ਜਿਹੜੀ ਲੁਧਿਆਣਾ ਦੀ ਸੀਟ ਹੈ ਬੜੀ ਹੌਟ ਸੀਟ ਮੰਨੀ ਜਾ ਰਹੀ ਸੀਗੀ, ਜਿੱਥੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਅਨਾਊਂਸ ਵੀ ਕਰ ਦਿੱਤੀ ਗਈ, ਆਮ ਆਦਮੀ ਪਾਰਟੀ ਵੱਲੋਂ ਟਿਕਟ ਅਨਾਊਂਸ ਕੀਤੀ ਗਈ ਸੀ। ਅਤੇ ਉਸ ਤੋਂ ਬਾਅਦ ਇੱਕ ਹੈਰਾਨੀਜਨਕ ਫੈਸਲਾ ਲਿਆ ਗਿਆ, ਲੋਕ ਵੀ ਹੈਰਾਨ ਹੋ ਗਏ ਵੀ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਹੈ ਬੀਜੇਪੀ ਵੱਲ ਚਲਿਆ ਗਿਆ। ਅਤੇ ਲੋਕਾਂ ਨੇ, ਜਲੰਧਰ ਦੇ ਲੋਕਾਂ ਨੇ ਉਹਨੂੰ ਗਦਾਰ ਦਾ ਟੈਗ ਵੀ ਦਿੱਤਾ ਵੀ ਇਹ ਪਾਰਟੀ ਛੱਡ ਕੇ ਬੀਜੇਪੀ ਵੱਲ ਚਲਿਆ ਗਿਆ, ਅਤੇ ਜਿੱਤੇ ਹੋਏ ਸੀਗਾ, ਜਿਮਣੀ ਚੋਣ ਵੀ ਜਿੱਤਿਆ ਸੀਗਾ ਆਮ ਆਦਮੀ ਪਾਰਟੀ ਵੱਲੋਂ, ਅਤੇ ਹੁਣ ਬੀਜੇਪੀ ਵੱਲੋਂ ਲੜੂਗਾ ਚੋਣ ਸੁਸ਼ੀਲ ਕੁਮਾਰ ਰਿੰਕੂ ਅਤੇ ਉਹਦੇ ਵਿਰੁੱਧ। ਹਾਲੇ ਕੋਈ ਵੀ ਅਨਾਊਂਸ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਦੂਜੇ ਉਮੀਦਵਾਰ ਦਾ, ਅਤੇ ਦੇਖਦੇ ਹਾਂ ਕਿਹੜਾ ਉਮੀਦਵਾਰ ਆਊਗਾ ਤਾਂ ਆਉਣ ਵਾਲਾ ਸਮਾਂ ਦੱਸੇਗਾ। ਅਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਜੋ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਲੜੇ ਸੀ MLA ਦੀ ਚੋਣਾਂ ਦੇ ਵਿੱਚ, ਮੁੱਖ ਮੰਤਰੀ ਦੀ ਚੋਣਾਂ ਦੇ ਵਿੱਚ, ਅਤੇ ਜਿੱਤੇ ਸੀਗੇ, ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੀ ਲੀਡ ਨੇ ਹਰਾਇਆ ਸੀ, ਅਤੇ ਉੱਥੋਂ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਵੱਲੋਂ ਐਲਾਨਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ। ਅਤੇ ਉਹਦੇ ਵਿਰੁੱਧ ਹਲੇ ਕੋਈ ਵੀ ਅਕਾਲੀ ਦਲ ਦਾ ਚਿਹਰਾ ਅਨਾਊਂਸ ਨਹੀਂ ਕੀਤਾ, ਸੁਖਬੀਰ ਬਾਦਲ ਨੇ ਚੋਣ ਲੜਨ ਤੋਂ ਇਨਕਾਰ ਕੀਤਾ, ਕਿਉਂ ਇਨਕਾਰ ਕੀਤਾ ਇਹ ਤਾਂ ਬੜਾ ਸਮਾਂ ਦੱਸੇਗਾ। ਜਿਹੜੀ ਅੰਮ੍ਰਿਤਸਰ ਸੀਟ ਹੈ ਬੜੀ ਹੌਟ ਸੀਟ ਮੰਨੀ ਜਾ ਰਹੀ ਹੈ, ਜਿਹੜਾ ਨਵਜੋਤ ਸਿੰਘ ਸਿੱਧੂ ਦਾ ਹਲਕਾ ਮੰਨਿਆ ਜਾ ਰਿਹਾ ਹੈ, ਅਤੇ ਇੱਥੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ, ਅਤੇ ਉਹਦੇ ਵਿਰੁੱਧ ਬੀਜੇਪੀ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਉਤਾਰਿਆ ਗਿਆ। ਅਤੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਜਿੱਤਦਾ ਹੈ, ਕਿਹੜੀ ਪਾਰਟੀ ਲੀਡ ਲੈ ਕੇ ਜਾਂਦੀ ਹੈ 13 ਦੀਆਂ ਜਿਹੜੀਆਂ 13 ਸੀਟਾਂ ਨੇ ਉਹਦੇ ਵਿੱਚੋਂ ਕਿਹੜੀ ਪਾਰਟੀ ਵੱਧ ਸੀਟਾਂ ਲੈ ਕੇ ਜਾਂਦੀ ਹੈ। ਭਗਵੰਤ ਮਾਨ ਦਾ ਕਹਿਣਾ ਵੀ 13-13 ਸੀਟਾਂ ਅਸੀਂ ਲੈ ਕੇ ਜਾਵਾਂਗੇ, ਬੀਜੇਪੀ ਕਹਿੰਦੀ ਅਸੀਂ ਲੈ ਕੇ ਜਾਵਾਂਗੇ, ਮੋਦੀ ਕਹਿੰਦਾ ਆਪਕੀ ਵਾਰ 400 ਕੇ ਪਾਰ, ਅਕਾਲੀ ਦਲ ਕਹਿੰਦਾ 13-13 ਅਸੀਂ ਸੀਟਾਂ ਲੈ ਕੇ ਜਾਵਾਂਗੇ। 13 ਸੀਟਾਂ ਨੇ, 13 ਤੋਂ ਕੌਣ 13 ਲੈ ਕੇ ਜਾਂਦਾ ਇਹ ਤਾਂ ਹੁਣ ਬੜਾ ਸਮਾਂ ਦੱਸੇਗਾ। 4 ਤਰੀਕ ਨੂੰ, 4 ਜੂਨ ਨੂੰ ਜ਼ਰੂਰ ਦੇਖਿਓ, ਤੁਹਾਨੂੰ ਪਲ ਪਲ ਦੀ ਖਬਰ ਦਿੰਦੇ ਰਹਾਂਗੇ, ਲੋਕ ਸਭਾ ਵੋਟਾਂ ਦੀਆਂ ਤੁਹਾਨੂੰ ਪਲ ਪਲ ਖਬਰ ਦਿੰਦੇ ਰਹਾਂਗੇ, ਅਤੇ ਤੁਹਾਨੂੰ 4 ਤਰੀਕ ਨੂੰ ਜਿਹੜੀ ਕਾਊਂਟਿੰਗ ਆ ਆਪਣੇ ਚੈਨਲ 'ਤੇ ਦਿਖਾਵਾਂਗੇ। ਪੇਂਡੂ ਟੀਵੀ ਨਾਲ ਜੁੜੇ ਰਹੋ ਇਲੈਕਸ਼ਨ ਤੱਕ, ਤਦ ਲਈ ਧੰਨਵਾਦ। ਮੈਂ ਮਨਿੰਦਰ ਸਿੰਘ, ਮੇਰੇ ਨਾਲ ਕੈਮਰਾਮੈਨ CM, ਧੰਨਵਾਦ।